அதிகார தலைவரான மாநில சர்க்கார் முர்தாபாத் லக்கீம்பூர் ஷஹீத் அமர்வீர் பிஜேபி சர்க்கார் முர்தாபாத் சர்தார் ஏகா ஜிந்தாபாத் சர்க்கார் இந்திரா காஸ்கேப் லிவாத் கசூர்பூர் நகர் அப்பரா ਦਿਆਲਪੁਰ ਮਸਾਣੀ ਤਾਵਣ ਸ਼ਾਦੀਪੁਰ ਫੈਜ਼ਪੁਰ ਫਗਵਾੜਾ ਮੌਸਮ ਨਵਾਂ ਪਿੰਡ ਨੈਜਾ ਨਦੀਆਂ ਬੈਰਾਮ ਮੈਂ ਕਿਸਾਨ ਵੀਰਾਂ ਦੇ ਕੰਮ ਕਰਦਾ ਸਭ ਤੋਂ ਪਹਿਲਾਂ ਮੈਨੂੰ ਪੈਸੇ ਦਿੰਦੇ ਆ ਤੂੰ ਬੀਜੇਪੀ ਦਾ ਪ੍ਰਧਾਨ ਬਣਿਆ ਫਿਰਦਾ ਆ ਤੇ ਹੁਣ ਮੈਨੂੰ ਕਹਿੰਦਾ ਤੈਨੂੰ ਜਿਹੜਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਉਹਨਾਂ ਨੇ ਮੈਨੂੰ ਆਖਿਆ ਕਿ ਕਿਉਂ ਨਹੀਂ ਲੈਟਰ ਕਰਦਾ ਆਪੋ ਆਪਣੇ ਇਲਾਕਿਆਂ ਦੀਆਂ ਹੋਰ ਮੰਗਾਂ ਆ ਉਹਨਾਂ ਦੇ ਲਈ ਅਸੀਂ ਅੱਜ ਚੀਜ਼ ਵੀ ਮਿਸ ਕਰ ਦਿੰਦੇ ਹਾਂ ਉਹ ਗੱਡੀ ਚੱਲਦੀ ਨਹੀਂ ਕਿਉਂਕਿ ਇਹ ਹਾਂਜੀ ਅੱਜ ਫਲੋਰ ਰੇਲਵੇ ਸਟੇਸ਼ਨ ਤੇ ਇਸ ਵਕਤ ਖੜੇ ਹਾਂ ਆਪਾਂ ਜਿਹੜੀ ਕਿ ਕਿਸਾਨ ਮਜ਼ਦੂਰ ਮੋਰਚਾ ਔਰ SKM ਨੌਨ ਪੋਲੀਟੀਕਲ ਵੱਲੋਂ ਕਾਲ ਦਿੱਤੀ ਗਈ ਸੀ ਵੀ 3 ਤਰੀਕ ਨੂੰ 2 ਘੰਟੇ ਦਾ ਜਿਹੜਾ ਟ੍ਰੇਨਾਂ ਦਾ ਚੱਕਾ ਜਾਮ ਕਰਨਾ ਪੂਰੇ ਭਾਰਤ ਦੇ ਵਿੱਚ ਕਿਉਂਕਿ ਜਿਹੜਾ ਕਿ 3 ਅਕਤੂਬਰ ਨੂੰ ਸਾਡੇ ਜਿਹੜੇ ਲਖੀਮਪੁਰ ਖੀਰੀ ਕੁਛ ਨੌਜਵਾਨ ਸਾਡੇ ਜਿਹੜੇ ਉੱਪਰ ਗੱਡੀ ਚੜਾ ਕੇ ਜੀਪ ਚੜਾ ਕੇ ਸ਼ਹੀਦ ਕੀਤੇ ਗਏ ਸੀ ਕਤਲ ਕੀਤੇ ਗਏ ਸੀ ਆਸ਼ੀਸ਼ ਮਿਸ਼ਰਾ ਟਹਿਣੀ ਵੱਲੋਂ ਕਿਉਂਕਿ ਅਜੇ ਮਿਸ਼ਰਾ ਟਹਿਣੀ ਆਸ਼ੀਸ਼ ਮਿਸ਼ਰਾ ਟਹਿਣੀ ਦਾ ਬਾਪ ਜਿਹੜਾ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਸੀਗਾ ਔਰ ਉਹਦੇ ਇਸ਼ਾਰੇ ਤੇ ਕਿਉਂਕਿ ਉਹਨੇ 2 ਦਿਨ ਪਹਿਲਾਂ ਬੋਲਿਆ ਸੀ ਧਮਕੀ ਦਿੱਤੀ ਸੀ ਉਹਦੇ ਇਸ਼ਾਰੇ ਤੇ ਉਹਦੇ ਲੜਕੇ ਨੇ ਜੀਪ ਚੜਾ ਕੇ ਕਤਲ ਕੀਤੇ ਸੋ ਉਹਦਾ ਇਨਸਾਫ ਮੰਗਦੇ ਸੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਇਸ ਕਰਕੇ ਅੱਜ ਦਾ 2 ਘੰਟੇ ਦਾ ਔਰ ਜਿਹੜਾ ਸਾਡਾ ਮੋਰਚਾ ਚੱਲ ਰਿਹਾ 12 ਮੰਗਾਂ ਆਲਰੇਡੀ ਸਾਡਾ ਚਾਰਟਰ ਡਿਮਾਂਡ ਚਾਰਟਰ ਗਵਰਨਮੈਂਟ ਨੂੰ ਗਿਆ ਹੋਇਆ ਉਹਨੂੰ ਨਾਲ ਲੈ ਕੇ ਅੱਜ ਦਾ ਰੋਸ ਪ੍ਰਦਰਸ਼ਨ 2 ਘੰਟੇ ਦਾ ਪੂਰੇ ਭਾਰਤ 'ਚ ਕੀਤਾ ਜਾ ਰਿਹਾ ਜਿਹੜਾ ਕਿ ਹਾਲਾਂ ਤੱਕ ਜਿਹੜੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਵੀ ਸਫਲਤਾਪੂਰਵਕ ਹੈ ਪੂਰਾ 2 ਘੰਟੇ ਦਾ ਸਭ ਸਾਰੇ ਜ਼ਿਲ੍ਹੇ ਬੰਦ ਨੇ ਔਰ ਯੂਪੀ ਹਰਿਆਣਾ ਰਾਜਸਥਾਨ ਨਾਲ ਦੀਆਂ ਸਟੇਟਾਂ ਵੀ ਔਰ ਖਬਰ ਆ ਰਹੀ ਵੀ ਉੜੀਸਾ ਦੇ ਵਿੱਚੋਂ ਮੱਧ ਪ੍ਰਦੇਸ਼ 'ਚੋਂ ਵੀ ਉਹਨਾਂ ਸਟੇਟਾਂ 'ਚ ਵੀ ਅੱਜ ਦਾ ਇਹ ਜਿਹੜਾ ਕਾਫੀ ਜਗ੍ਹਾ 'ਤੇ ਜਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਨੇ ਸੋ ਇਹ ਸਰਕਾਰ ਦੇ ਪ੍ਰਤੀ ਰੋਸ ਹੈ ਸਰਕਾਰ ਨੂੰ ਵਾਰਨਿੰਗ ਹੈ ਜੇਕਰ ਸਰਕਾਰ ਹਾਲੇ ਵੀ ਕੋਈ ਹੱਲ ਨਹੀਂ ਕੱਢਦੀ ਤਾਂ ਫਿਰ ਅਗਲੀ ਰਣਨੀਤੀ ਅਸੀਂ ਤੈਅ ਕਰਾਂਗੇ ਹੁਣ ਮੀਟਿੰਗ ਬੁਲਾ ਕੇ ਤਾਂ ਫਿਰ ਇਸ ਤੋਂ ਇਹ ਕਿਉਂਕਿ 2 ਘੰਟੇ ਦਾ ਫਿਰ ਕੋਈ ਲੰਬੇ ਸਮੇਂ ਲਈ 2 ਦਿਨ ਲਈ 1 ਦਿਨ ਲਈ ਪੂਰੇ ਭਾਰਤ 'ਚ ਫਿਰ ਵੀ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾ ਸਕਦਾ ਸੋ ਇੱਦਾਂ ਦੀ ਕੋਈ ਕਾਲ ਹੋਰ ਵੱਡੀ ਆ ਸਕਦੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਿਹੜਾ ਅਜੇ ਮਿਸ਼ਰਾ ਟਹਿਣੀ ਔਰ ਆਸ਼ੀਸ਼ ਮਿਸ਼ਰਾ ਟਹਿਣੀ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਡੱਕਿਆ ਜਾਵੇ ਉਹਨੂੰ ਸ਼ੈਲਟਰ ਕਰਨਾ ਭਾਰਤ ਸਰਕਾਰ ਬੰਦ ਕਰੇ ਔਰ ਜਿਹੜੇ ਸਾਡੇ ਉਹ ਨੌਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।